Oh,
يا
ਤੁਹਾਡੇ ਵਰਗੇ ਸੰਤਾਂ ਦੇ ਨਾਲ ਸੇਵਾ ਕਰਕੇ ਮੇਰਾ ਜੀਵਨ ਸਫਲ ਹੋ ਗਿਆ ਨਾਲੇ ਗੁਰੂ ਸੀ ਅੱਜ ਕੋਈ ਗੁਰੂ ਵੀ ਨਹੀਂ ਕੋਈ ਸਿੱਖ ਵੀ ਨਹੀਂ ਹੈਗੇ ਚੰਗੇ ਸਿੱਖ ਵੀ ਨਹੀਂ ਗੱਲਾਂ ਦੇਖੋ ਇਹਨਾਂ ਦੀਆਂ ਅਨੁਭਵ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਇੰਨੀ ਕੁ ਮਿਹਨਤ ਸੀ ਇੰਨੀ ਕੁ ਮੁਸ਼ਕਤ ਸੀ ਧੱਕੀ ਚ ਬੈਠੇ ਸੀ ਰਾੜੀ ਧੱਕੀ ਚੌਥੇ ਬਾਦਲ ਨੇ ਪਰ ਪੁਕਾਰ ਕੇ ਕਰਨੇ ਚੌਹਾਂ ਧਾਰੀ ਸਾਧੂ ਦਾ ਪਿਆਰਿਓ ਭਲੇ ਵਾਸਤੇ ਆ ਸਾਡੇ ਲਈ ਕੇਂਦਰ ਬਣਾ ਤਾ ਮਹਾਂਪੁਰਸ਼ਾਂ ਨੇ ਚਲੋ ਮਿਹਨਤ ਗੁਰੂ ਸਾਹਿਬ ਨੇ ਕਿਰਪਾ ਕਰੀ ਉਧਰ ਮੈਂ ਪਰਿਵਾਰ ਦਾ ਜਿੰਨਾ ਵੀ ਆ ਦਰਬਾਰ ਸਾਹਿਬ ਦੇ ਵਿੱਚ ਵੀ ਸਾਰੇ ਬਣ ਗਿਆ ਪਰ ਜਦੋਂ ਆਏ ਸੀ ਤਾਰ ਵਾਰੀ ਨਹੀਂ ਕੋਈ ਇੱਥੇ ਲਾਈਟ ਨਹੀਂ ਸੋਚੀਏ ਵੀ ਇਹ ਕਿਵੇਂ ਝਾੜ ਸੁਸਰਾ ਕੱਢਿਆ ਜਾਊ ਕਿਹਾ ਕਿਸੇ ਸੇਵਾਦਾਰ ਨੂੰ ਟਰੈਕਟਰ ਟਰਾਲੀਆਂ ਕਿਵੇਂ ਕਰਕੇ ਚਲਾਇਆ ਇੱਕ ਵਾਰੀ ਲਾਹ ਦਿੰਦੇ ਰਾਹੀ ਵੀ ਕਹਿੰਦੇ ਸੀ ਵੀ ਬੈਠ ਤਾਂ ਗਏ ਤੇ ਪੂਰੀ ਕਿਵੇਂ ਦੌੜ ਸੱਤ ਸਾਲ ਬਿਨਾਂ ਲਾਈਟ ਤੋਂ ਇੱਥੇ ਲਾਈਟ ਕੋਈ ਬਿਜਲੀ ਨਹੀਂ ਸੀ ਇੱਥੇ ਸੱਤ ਸਾਲ ਇਸੇ ਕਮਰੇ ਇੱਕ ਛੋਟਾ ਜਿਹਾ ਕਮਰਾ ਦੋ ਹੁੰਦਾ ਸੀ ਇੱਕ 15x15 ਦਾ ਕਮਰਾ ਇੱਕ ਨਾਲ ਛੋਟਾ ਜਿਹਾ ਕਮਰਾ ਦੋ ਕਮਰੇ ਸੀ ਤੇ ਇੱਕ ਚ ਗੁਰੂ ਗ੍ਰੰਥ ਸਾਹਿਬ ਸੀ ਛੋਟੇ ਜਿਹੇ ਕਮਰੇ ਚ ਦੋ ਫੜਦਾ ਸੀ ਉਹਦੇ ਚ ਕਿੰਨੇ ਜਣੇ ਪੈਂਦੇ ਸੀ ਅਸੀਂ ਚਾਰ ਜਣੇ ਸੀ ਦੋ ਭਰਾ ਤੇ ਮਾਤਾ ਪਿਤਾ ਚਾਰ ਜਣੇ ਦੋ ਬਣਾ ਚ ਪੈਂਦੇ ਸੀ ਮੰਜੇ ਜੋੜ ਲੈਣੇ ਪੈ ਜਾਣਾ ਹੌਲੀ ਹੌਲੀ ਗੁਰੂ ਗ੍ਰੰਥ ਸਾਹਿਬ ਘਰ ਜਾਣ ਨੂੰ ਜੀਣਾ ਕਰਨਾ ਵੀ ਘਰ ਜਾਈਏ ਕਿਹਦੇ ਕੋਲ ਗੁਰੂ ਸਾਹਿਬ ਤਾਂ ਇੱਥੇ ਬੈਠੇ ਨੇ ਸਤਿਗੁਰੂ ਨੇ ਬੈਠੇ ਨੇ ਵੀ ਅਸੀਂ ਘਰ ਕੀ ਕਰਨਾ ਜਾ ਕੇ ਵੀ ਜੇ ਅਸੀਂ ਘਰ ਜਾਂਦੇ ਹਾਂ ਪੱਖਿਆਂ ਥੱਲੇ ਬੈਠ ਕੇ ਬੈਠਦੇ ਹਾਂ ਤੇ ਅੰਦਰੋਂ ਮਨ ਨਹੀਂ ਸੀ ਮੰਨਦਾ ਉਹ ਸਿਖਾ ਤੂੰ ਅਮਰਤ ਛਕਿਆ ਬਾਣੀ ਪੜ੍ਹਨ ਵਾਲਾ ਗੁਰੂ ਸਾਹਿਬ ਘਰ ਵੀ ਜੇ ਬੈਠੇ ਤੂੰ ਆਪ ਆਪਣੀ ਸਹੂਲਤ ਲਈ ਘਰ ਜਾ ਕੇ ਬਿਜਲੀ ਪੱਖਿਆਂ ਥੱਲੇ ਬਹਿੰਦਾ ਮਨ ਇੱਕ ਕੋਈ ਕਮਰੇ ਚ ਪੈ ਜਾਣਾ ਰੋਜ਼ ਪ੍ਰਕਾਸ਼ ਕਰਨਾ ਲਾਇਟ ਹੈ ਨਹੀਂ ਸੀ ਇੱਕ ਦੀਵਾ ਲਾ ਲੈਣਾ ਮੋਮਬੱਤੀ ਲਾ ਕੇ ਪ੍ਰਕਾਸ਼ ਕਰਨਾ ਜਦੋਂ ਦੀਵਾ ਉਹ ਖਤਮ ਹੋ ਜਾਣਾ ਮੋਮਬੱਤੀਆਂ ਖਤਮ ਹੋ ਜਾਣੀਆਂ ਫਿਰ ਬਰਵਾਲੀ ਤੋਂ ਡੱਬਾ ਹੋਰ ਲਿਆਉਣਾ ਰੋਜ਼ ਇਹਦੇ 2-3 ਸਾਲ 4 ਸਾਲ ਚੱਲਦਾ ਰਿਹਾ ਜਦੋਂ ਇੱਥੋਂ ਫੜ ਕੇ ਦੇਖਣਾ ਕਮਾਣੋ ਆ ਭਾਊ ਦੀਆਂ ਲਾਈਟਾਂ ਬੜੀਆਂ ਚਮਕਦੀਆਂ ਹੁੰਦੀਆਂ ਸੀ ਕਮਾਣ ਵਾਲੇ ਦੀ ਇਹ ਸੱਚੇ ਪਾਤਸ਼ਾਹ ਕਦੇ ਕਦੇ ਆਪਣੇ ਘਰ 'ਚ ਵੀ ਚਾਨਣ ਕਰੇਗਾ ਤੇਰੇ ਕੱਲ ਕਾਲਾ ਘੱਟ ਬੜੇ ਬਾਬੇ ਨੇ ਸੂਈ ਦੇ ਨਗੇ ਚਲਾਇਆ ਸਾਰਾ ਕੁਝ ਕਰਾਏ ਟੈਂਟ ਕਰਾਏ ਤੇ ਲਿਆਉਣਾ ਸਾਊਂਡ ਕਰਾਏ ਤੇ ਲਾਉਣਾ ਜਦੋਂ ਤੋਂ ਆ ਗਏ ਸਾਰਾ ਸਮਾਨ ਕਰਾਏ ਤੇ ਲਿਆ ਕੇ ਵਸਿਆ ਮਨਾਉਣੀ ਬਥੇਰਾ ਬੀਬੀਆਂ ਭੈਣਾਂ ਨੇ ਕਹਿਣਾ ਸਿਆਣੀਆਂ ਉਹ ਸੰਗਤ ਬੁਰੇ ਤੋਂ ਕੀ ਰੋੜਾ ਵੀਰਾਂ ਨੂੰ ਕੀ ਕਰਦਾ ਕੀ ਰੋੜਾ ਇੰਨਾ ਖਰਚਾ ਕਰ ਲਈ ਮੈਂ ਜਦ ਤੱਕ ਬਾਬਾ ਸਾਥ ਸਾਡਾ ਦੇ ਜਾ ਅਸੀਂ ਕਰਾਂਗੇ ਮਸਿਆ ਨਹੀਂ ਕੱਢੀ ਗਈ ਬੜਾ ਸੰਗਤਾਂ ਨੇ ਪਿਆਰ ਵਾਲਿਆਂ ਨੇ ਨਹੀਂ ਇੱਥੇ ਆਏ ਨਹੀਂ ਬੁਲਾਣਾ ਨਹੀਂ ਮੈਂ ਕਿਹਾ ਨਹੀਂ ਅੱਜ ਨਹੀਂ ਕੱਲ੍ਹ ਕਰੇ ਤਾਂ ਰੌਣਕਾਂ ਬੋਲੋ ਲੱਗਣਗੀਆਂ ਜੀ ਕਰਦੇ ਕਰਦੇ ਲਾਈਟ ਹੋ ਗਈ ਲਾਈਟ ਵੀ ਕਿਵੇਂ ਲੱਗੀ ਮਹਾਂਪੁਰਸ਼ ਆ ਕੇ ਬਾਬਾ ਰਾਮ ਸਿੰਘ ਗੰਡੂਆ ਵਾਲੇ ਜਦੋਂ ਵੀ ਕੋਈ ਕੰਮ ਕਰਦੇ ਸੀ ਸਾਧੂ ਪਹਿਲਾਂ ਆ ਜਾਂਦੇ ਉਹ ਕਹਿੰਦੇ ਕੀ ਕਰ ਦੋ ਬਾਬੇ ਉਹ ਇੱਕ ਬੋਲਦੇ ਮਾਂ ਜੀ ਕਰਦੇ ਤਾਂ ਅਸੀਂ ਉਹ ਲਾਈਟ ਦਾ ਪ੍ਰੋਗਰਾਮ ਕਰਦੇ ਫਿਰਦੇ ਹਾਂ ਵੀ ਲਾਈਟ ਹੋਰ ਦੱਸ ਸਾਡੀ ਅੱਜ ਪੂਰੀਆਂ ਹੋ ਗਈਆਂ ਸਾਡੀ ਮਿਹਨਤ ਪੱਲੇ ਪੈ ਗਈ ਸਾਡੇ ਨਾਲ ਮਹਾਂਪੁਰਸ਼ ਬਹਿ ਗਏ ਆ ਕੇ ਸਟੇਜ ਤੇ ਸੰਗਤ ਨੇ ਸਾਥ ਦੇਖਣਾ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਸੀ ਉਹ ਵੀ ਸਾਡੇ ਬਰਾਬਰ ਖੜ ਗਏ ਤੇਰਾ ਲੱਖ ਲੱਖ ਸ਼ੁਕਰ ਗੁਜ਼ਾਰਾ ਦਿਲ ਮਨ ਨੇ ਵਾਜਰ ਵਾਲ ਗੁਰੂ ਗੋਬਿੰਦ ਸਿੰਘ
ਮੀਰ ਮਨੂ ਦੀ ਜੇਲ ਵਿੱਚ ਬੀਬੀਆਂ ਨੇ ਸੁਣ ਸੁਣਨ ਦੇ ਪਿਸਰੇ ਪਿਸਰੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਾਇਆ ਧਰਮੀ ਆਇਆ ਸਿੱਖੀ ਸਿੱਖੀ ਸਸਰਾ ਸਸਰ ਆਇਆ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਜੀ ਤਿੰਨਾ ਮਹਾਨ ਸ਼ੇਰ ਸਿੰਘ ਸਿੰਘਣੀਆਂ ਭਟਕ ਫੌਜਾਂ ਦੀ ਕੁੱਟ ਕਮਾਈ ਦਾ ਧਿਆਨ ਤਾਂ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਦਾ ਧਿਆਨ ਤਾਂ ਬੋਲੋ ਜੀ ਸ਼੍ਰੀ ਵਾਹਿਗੁਰੂ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰ ਚਰਨ ਦੀ ਤੇ ਗੁਰਗ੍ਰੰਥ ਜੀ ਰਾਜਪਾਠ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਆਪ ਜੀ ਸਿੱਖਾਂ ਦਾ ਮਰਨੀ ਵਾ ਮਤ ਮੁੱਚੀ ਮਤ ਪਦਾ ਪ੍ਰਾਪ ਪ੍ਰਕਾਪ ਹੋਏ ਪਛੇ ਸਵਾ ਸਹਿਦਾ ਤਾਂ ਜੀ ਸ੍ਰੀ ਨਰਕਾਣਾ ਸਾਹਿਬ ਹੋ ਗੁਰੂ ਤੋਂ ਤੋਂ ਪਾਤਰ ਨੂੰ ਛੋੜਾਇਆ ਗਿਆ ਮਹਾਰਾਜ ਨੂੰ ਵੀ ਪੂਰੇ ਦਾ ਸੁੰਦਰ ਸਿਮਾ ਸਿਮਾ ਦੇ ਕਰੇ ਖਾਲਸਾ ਨੂੰ ਬਖਸ਼ ਮਹਾਰਾਜ ਆਪ ਜੀ ਸਿੱਖਾਂ ਦਾ ਮਰਨੀ ਵਾ ਮਤ ਮੁੱਚੀ ਮਤ ਪਦਾ ਪ੍ਰਕਾਪ ਪ੍ਰਕਾਪ ਹੋਏ ਪਛੇ ਸਵਾ ਸਹਿਦਾ ਤਾਂ ਜੀ ਪ੍ਰਕਾਸ਼ ਦੇ ਹਿਰਦੇ ਕੁਸ਼ਲ ਮੁਖ ਰੱਖਦੇ ਆ ਪਾਤਸ਼ਾਹ ਪਾਵਨ ਸੰਤੇ ਬਖਸ਼ਣ ਰੂਪ ਤੋਂ ਧੁਰਕੀ ਬਾਣੀ ਆਈ ਤੇ ਸਗਲੀ ਚੇਤ ਮਟਾਈ ਦੇ ਮਹਾਨ ਸ੍ਰੀ ਅਖੰਡ ਪਾਤਸ਼ਾਹ ਦੀ ਸੇਵਾ ਪ੍ਰਾਰੰਭ ਹੋਏ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸਪੂਰਨ ਦਇਆ ਆਪ ਨੇ ਬਖਸ਼ਿਸ਼ ਕੀਤੀਆਂ ਪਾਤਸ਼ਾਹ ਜੀ ਉਪਰੰਤ ਖੁੱਲੇ ਕੋਈ ਦਾਲ ਸਜੇ ਸਜੇ ਪੰਡਾਲਾਂ ਦੇ ਵਿੱਚ ਆਪ ਜੀ ਪਿਆਰਿਆਂ ਵੱਲੋਂ ਗੁਰਮੁਖਾਂ ਵੱਲੋਂ ਗੁਰਸਿੱਖਾਂ ਵੱਲੋਂ ਪਾਤਸ਼ਾਹ ਜੀ ਚਰਨਾਂ ਦੇ ਨਾਲ ਜੁੜਿਆ ਮਹਾਰਾਜ ਕਿਰਪਾ ਕਰਿਓ ਇਸੇ ਤਰ੍ਹਾਂ ਇਹ ਹੁੰਦਾ ਕਰਦੇ ਜਾਣਾ ਸਿੱਧੇ ਮੇਰੇ ਪ੍ਰਯਤ ਰੱਖਣਾ ਪਾਤਸ਼ਾਹ ਜੀ ਚੜ੍ਹਦੇ ਤੋਂ ਲੈ ਕੇ ਸਿੱਧੇ ਤੱਕ ਇਸੇ ਤਰ੍ਹਾਂ ਪਾਤਸ਼ਾਹ ਸੰਗਤਾਂ ਨੂੰ ਆਪ ਦੇ ਚਰਨਾਂ ਨਾਲ ਜੋੜਦੇ ਰਹਿਣ ਮਹਾਰਾਜ ਸੱਚੇ ਪਾਤਸ਼ਾਹ ਜੀਓ ਇਸ ਮਹਾਨ ਸਮਾਗਮ ਦੇ ਵਿੱਚ ਪਾਤਸ਼ਾਹ ਜੀਓ ਬੇਅੰਤ ਸੰਗਤਾਂ ਨੇ ਤਨ ਕਰਕੇ ਮਨ ਕਰਕੇ ਧਨ ਕਰਕੇ ਰਸਤਾ ਵਸਤਾ ਪਦਾਰਥਾਂ ਕਰਕੇ ਬੇਅੰਤ ਸੇਵਾ ਕੀਤੀ ਸਤਿਗੁਰੂ ਕੱਟ ਕੱਟ ਕੇ ਅੰਦਰ ਕੀ ਜਾਣਤ ਭਰੇ ਭਰੇ ਕੀ ਕੀ ਪਸੰਦ ਪਾਤਸ਼ਾਹ ਜੀਓ ਸਭਨਾਂ ਦੀਆਂ ਸੇਵਾਵਾਂ ਭੇਟਾਵਾਂ ਦਾਤੇ ਪ੍ਰਵਾਨ ਕਰਦੇ ਮਹਾਰਾਜ ਸੱਚੇ ਭਰਪੂਰ ਕਰਨੀਆਂ ਚੜ੍ਹਦੀ ਕਲਾ ਕਰਨੀ ਖੁਸ਼ੀਆਂ ਬਖਸ਼ਣੀ ਮਹਾਰਾਜ ਸੱਚੇ ਪਾਤਸ਼ਾਹ ਜੀਓ ਐਸ ਵੇਲੇ ਮਹਾਰਾਜ ਸਮਾਗਮ ਦੀਆਂ ਸਪੂਰਨ ਤਾਈਆਂ ਨੂੰ ਖੁਸ਼ੀਆਂ ਨੂੰ ਪ੍ਰਕਦੇ ਆ ਆਪ ਜੀ ਹਜ਼ੂਰ ਪਵਿੱਤਰ ਕੜਾ ਪਛੇ ਦੇਗ ਹਾਜ਼ਰ ਹੈ ਪਾਤਸ਼ਾਹ ਕਰੀ ਪਾਤਸ਼ਾਹ ਸੋਚ ਮਿਤਰਾਂ ਲਾਭ ਭੋਗ ਹਰ ਰਾਏ ਸੁਣੇ ਆਸਨ ਸੱਚੇ ਮਹਾਰਾਜ ਜੀ ਪ੍ਰਸ਼ਾਦ ਦੇ ਭੋਗ ਲਾ ਭੁੱਲ ਗਏ ਪ੍ਰਸ਼ਾਦ ਜੋ ਜੋ ਸਕੇ ਆਪ ਜੀ ਦਾ ਮੁਖੋਂ ਸਤਨਾਮ ਸ੍ਰੀ ਵਾਹਿਗੁਰੂ 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 ਜਪੇ ਪਾਤਸ਼ਾਹ ਕਿਰਪਾ ਕਰਨੀ ਜਿਸ ਤਰ੍ਹਾਂ ਸਰਦਾਰ ਗੁਰਦੇਵ ਸਿੰਘ ਨੇ ਹਰ ਸਾਲ ਪਾਤਸ਼ਾਹੀ ਹਰ ਸਾਲ ਦੀ ਤਰ੍ਹਾਂ ਇਸ ਬਾਰੇ ਵੀ ਅੰਮ੍ਰਿਤਸਰ ਸੇਵਾ ਕੀਤੀ ਹੈ ਰਹਿਮਤਾਂ ਕਰਨੀਆਂ ਪਰਿਵਾਰ ਦੇ ਸਿੱਧੇ ਪਾਤਸ਼ਾਹ ਜਿਹੜਾ ਵੀ ਬਚਨ ਉਹਨਾਂ ਨੇ ਕੀਤਾ ਹੈ ਪਾਤਸ਼ਾਹ ਆਪ ਵਿੱਚ ਕਰਤਾ ਪੁਰਖ ਕਰੋਆ ਵਾਹ ਨਾ ਬਿਨਾ ਹੋਇਆ ਪਾਤਸ਼ਾਹ ਆਪ ਕਰੋ ਕੇ ਪਾਤਸ਼ਾਹ ਸੇਵਾ ਲੈਣੀ ਹਰ ਸਾਲ ਦੀ ਤਰ੍ਹਾਂ ਅੱਗੇ ਨੂੰ ਵੀ ਚੜ੍ਹਦੀ ਗਲਾ ਕਰਨੀ ਪਾਤਸ਼ਾਹ ਜੀ ਨੂੰ ਕਿਰਪਾ ਕਰੋ ਰਹਿਮਤਾਂ ਕਰੋ ਪਾਤਸ਼ਾਹ ਨਾਲ ਸਭ ਛੇ ਕੌੜੀਆਂ ਸਰੂਪ ਦੀਆਂ ਦਾਸ ਅੱਖਰ ਵੱਧ ਘੱਟ ਸਤਿ ਸ੍ਰੀ ਅਕਾਲ ਗੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਮਰਗੁਰੂ ਗੁਰਾਂ ਕੀ ਜੋ ਪ੍ਰਭ ਕੋ ਮਿਲ ਗੋਟ ਹੈ ਗੋਟ ਸੋਜੈ ਰਾਜ ਕਰੇ ਦਾ ਖਾਲਸਾ ਆਪੀ ਵਾਰ ਹੋਏ ਸਾ ਮਿਲੇਂਗੇ ਬਦੇ ਵਾਹਿਗੁਰੂ ਨਾਮ ਦਰਾਜ ਹੈ ਜੋ ਸ਼ਰਧਾ ਕਾ ਸੇਵਦੇ ਗੁਰੂ ਮੋਲੇ ਸੋਨਿਆਰ
تو ساتھ سنگت دی میں
ਜਿਨ੍ਹਾਂ ਨੇ ਇੱਕ ਥੈਲੇ ਤੋਂ ਲੈ ਕੇ 5 10 50 ਥੈਲੇ ਤੱਕ ਦੀ ਸੇਵਾ ਕੀਤੀ 100 ਥੈਲਾ ਸੀਮਟ ਦਾ ਇਸ ਤੇ ਵਿਕਰੀ ਪਿਆ 100 ਥੈਲੇ ਦੀ ਸੇਵਾ ਫਰੀ ਕਰੀ ਹੈ ਤੋਂ ਸਾਧ ਸੰਗਤ ਸਰੀਏ ਦੀ ਸੇਵਾ ਵੀ ਬਹੁਤ ਸੰਤਾਂ ਨੇ ਕੀਤੀ ਹੈ 2 ਕੁਆਟਰ ਆਰਮ ਸਰਪੰਚ ਸਾਹਿਬ ਵੱਲੋਂ 1 ਕੁਆਟਰ ਬਰਵਾਲੀ ਤੋਂ ASI ਸਾਹਿਬ ਨੇ ਇੱਕ ਹੋਰ ਪਰਿਵਾਰ ਉਹ ਬਾਹਰ ਗਿਆ ਹੋਇਆ ਮੈਂ ਕਿਹੜੇ ਕਿਹੜੇ ਨਾਲ ਆਵਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਔਰ ਅੱਗੇ ਨੂੰ ਜਿਹੜਾ ਵੀ ਕਾਰਜ ਅੱਗੇ ਹੋਣਾ ਹੈ ਉਹ ਮਹਾਰਾਜ ਜਾਣਦੇ ਨੇ ਅੱਗੇ ਕੀ ਲਾਉਣਾ ਹੈ ਉਹ ਵੀ ਇਸੇ ਤਰ੍ਹਾਂ ਹੀ ਤੁਹਾਡੇ ਦੇ ਅੰਦਰ ਸੱਚੇ ਪਾਤਸ਼ਾਹ ਦੇ ਵਰਤਨ ਹੈ ਭਾਈ ਸਾਰਿਆਂ ਦਾ ਕਿਉਂਕਿ ਸੇਵਾ ਕੀ ਕਰਦੀ ਹੈ ਸੋ ਆਓ ਮੈਂ ਬਹੁਤ ਸਮਾਂ ਨਾ ਰਹਿੰਦਾ ਹੋਇਆ ਕਿਉਂਕਿ ਸੰਗਤ ਗਰਮੀ ਵਿੱਚ ਬੈਠੀ ਹੈ ਸਮਾਂ ਬਹੁਤ ਉੱਪਰ ਦਾ ਹੋ ਗਿਆ ਗੁਰੂ ਕੇ ਲੰਗਰਾਂ ਦੀ ਸੇਵਾ ਕਰਨੀ ਹੈ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂ ਵੀ ਆਪ ਬਾਗ ਚ ਛੱਕ ਲਿਓ ਤੋ ਸਾਧ ਸੰਗਤ ਜੀ ਉਹਨਾਂ ਦੇ ਨਾਲ ਸੰਗ ਹੋਇਆ ਬਾਬਾ ਜੀ ਦਾ ਸੋਦਾ ਸੁਦੇਸ਼ ਦਾ ਬਸ ਇੱਕੋ ਬੇਨਤੀ ਦੇ ਆਪਣੀ ਜ਼ਮੀਨ ਦੇ ਵਿੱਚ ਉਹਨਾਂ ਦੀ ਜਗ੍ਹਾ ਬਣਾ ਦਿੱਤੀ ਗੁਰੂ ਦਾ ਮੰਦਰ ਬਣਾ ਦਿੱਤਾ ਸ
ਸੰਤ ਮਹਾਪੁਰਖਾਂ ਦੇ ਜਨਮ ਦਿਹਾੜੇ ਤੇ ਪ੍ਰਕਾਸ਼ ਪੁਰਬ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਦੇ ਮਾਤੇ ਸ਼ਹਿਰ ਹੀ ਆਏ ਹੈ ਸਭ ਤੋਂ ਪਹਿਲਾਂ ਸਾਡੇ ਵੀ ਸੰਤ ਭਾਈਏ ਇਹ ਮਾਨ ਸੋਨੇ ਨੇ ਕੀਤਾ ਸੁਣਾ ਪਤਾ ਸੀਗਾ ਕਿ ਰੱਤੀ ਸਾਹਿਬ ਦੇਖਿਆ ਜੋ ਭੈੜਾ ਕੌਮੀ ਬੇਰ ਕਰੇ ਇਹਨਾਂ ਦੀ ਫਲ ਦੇ ਬਿਨਾਂ ਫੁੱਲਾਂ ਤੋਂ ਰੋਹੀ ਕਰੋ ਭੈੜਾ ਬਿਨਾਂ ਆਦਰ ਨੇ ਆ ਸਰਕਾਰ ਭੈੜੀ ਦੇ ਆ ਘਰ ਤੋਂ ਬਿਨਾਂ ਮਨੁੱਖ ਭੈੜਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤਾਂ ਇੱਕ ਕਹਿਣੀ ਹੈ ਮਹਾਂਪੁਰਖਾਂ ਦੇ ਮਿੱਠੀ ਯਾਦ ਵਿੱਚ ਬਹੁਤ ਸਾਰੀ ਮਾਇਆ ਸਾਰਾ ਖਲਾਂਦਾ ਮੇਰੇ ਭਾਈ ਸਾਹਿਬ ਭੇਜਦੇ ਹੈ ਹੁਣ ਮੇਰੇ ਪੀਰਾਂ ਵੱਲੋਂ ਭੈਣਾਂ ਵੱਲੋਂ ਬੱਚਿਆਂ ਵੱਲੋਂ ਮਾਇਆ ਹੀ ਹੈ ਹੁਣ ਮੇਰੀ ਭੈਣ 50 ਲੱਖ ਲਾਂਦੇ ਅਰਪਣ ਕਰਕੇ ਗਏ ਹੈ ਆਓ ਕਾਕਾ ਸੰਦੇਸ਼ ਕਹਿਣ ਜਾ ਰਹੇ ਹਾਂ ਸੰਤ ਦਾ ਮਾਰਗ ਧਰਮ ਦੀ ਪੌੜੀ ਕੋ ਮੈਂ ਭਾਗੀ ਪਾਏ ਕੋਣ ਜਨਮ ਕੇ ਕਿਵੇਂ ਫਿਲਾਸੇ ਹਰ ਜਨਮ ਨੇ ਕਿਤ ਲਾਏ ਵੀ ਸੰਤ ਨੂੰ ਭਗਵਾਨ ਜਗਤ ਨੂੰ ਤਾਂ ਆਉਂਦੇ ਨੇ ਮਹਾਂਪੁਰਖਾਂ ਦੇ ਵੀ ਪਵਿੱਤਰ ਜਨਮ ਦੀਆਂ ਵਧਾਈਆਂ ਕਵਿਤਾ ਦੇ ਰਾਹੀਂ ਦੇਣੀਆਂ ਹੈ ਕਿਉਂਕਿ ਵਧਾਈਆਂ 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 ਉਹ ਸਿੱਖਾਂ ਮਨ ਵਧਾਈਆਂ ਮਹਾਂਪੁਰਖ ਸੰਤ ਬਾਬਾ ਈਸਰ ਸਿੰਘ ਜੀ ਰਾਮ ਸਾਹਿਬ ਵਾਲੇ ਪੁਰਬੀਆਂ ਸਾਰੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਰਾਮ ਸਿੰਘ ਰਾਵ ਤੇ ਗੁਰਜੀਤ ਸਿੰਘ ਢਾਹੌਰ ਮੋਹਾਲੀ ਜਿਹੜੇ ਵਾਲਾ ਜੱਥਾ ਇਹ ਕਹਿ ਰਿਹਾ ਹੈ ਸਭ ਪਿਆਰ ਦੇ ਨਾਲ ਹੋਰ ਸੰਗਤਾਂ ਵੱਲੋਂ ਆਇਆ ਹੀ ਹੈ ਪੰਜਾਹ ਲੱਖ ਲਾਂਦੇ ਹੋਰ ਮੇਰੇ ਵੀਰ ਜੀ ਭੇਜਦੇ ਹੈ ਧੰਨਵਾਦ ਕੀਤਾ ਜਾਂਦਾ ਹੈ ਹੋਰ ਮੇਰੇ ਭੈਣ ਜੀ ਤੇ ਸਿਆਣੀਆਂ ਮਾਤਾਵਾਂ ਵੱਲੋਂ ਭੈਣਾਂ ਵੱਲੋਂ ਮਾਇਆ ਭੇਜੀ ਜਾ ਰਹੀ ਹੈ ਧੰਨਵਾਦ ਹੈ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਮਨੋ ਭਾਵਨਾ ਪੂਰੀਆਂ ਕਰਨਾ ਹੋਰ ਮੇਰੇ ਸਰਕਾਰ ਦੇ ਬੱਚੇ ਭੈਣਾਂ ਬਜ਼ੁਰਗ ਮਾਤਾਵਾਂ ਵੱਲੋਂ ਮਾਇਆ ਹੀ ਹੈ ਧੰਨਵਾਦ ਹੈ ਮਹਾਂਪੁਰਖਾਂ ਦੇ ਪਵਿੱਤਰ ਦਰਬਾਰ ਵਿੱਚ ਆਏ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾਦਰ ਕਰੇ ਨਿਮ ਪਾਏ ਬਹਰ ਨਾਮ ਦੇ ਮੇਰਾ ਮਨ ਦਮ ਸੀਤਲ ਹੋਏ ਬਾਬਾ ਈਸਰ ਸਿੰਘ ਜੀ ਦੇ ਬਾਬਾ ਈਸਰ ਸਿੰਘ ਜੀ ਦੇ ਉਹ ਰੱਬ ਦੀਆਂ ਲੱਖ ਲੱਖ ਹੋਣ ਵਧਾਈਆਂ ਬਾਬਾ ਈਸਰ ਸਿੰਘ ਜੀ ਦੇ ਉਹ ਰੱਬ ਦੀਆਂ ਲੱਖ ਲੱਖ ਹੋਣ ਵਧਾਈਆਂ ਬਾਬਾ ਈਸਰ ਸਿੰਘ ਜੀ ਦੇ ਬਾਬਾ ਈਸਰ ਸਿੰਘ ਜੀ ਦੇ ਉਹ ਰੱਬ ਦੀਆਂ ਲੱਖ ਲੱਖ ਹੋਣ ਵਧਾਈਆਂ ਬਾਬਾ ਈਸਰ ਸਿੰਘ ਜੀ ਦੇ ਰੱਬ ਦੀਆਂ ਲੱਖ ਲੱਖ ਹੋਣ ਵਧਾਈਆਂ ਤਲੀ ਅਕਲ ਤਲ ਸਾਰੀ ਗੁਰੂ ਅਰਜਨ ਦੇਵ ਜੀ ਨੇ
ਬਾਬਾ ਈਸ਼ਰ ਸਿੰਘ ਸੰਧੂ ਦਾ ਈਸ਼ਰ ਸਿੰਘ ਰਾਣਾ ਸਾਹਿਬ ਵਾਲਿਆਂ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਹ ਮਹਾਨ ਸਮਾਗਮ ਹੋਇਆ ਜਿਸ ਦੇ ਵਿੱਚ ਬਾਹਰੋਂ ਆਏ ਮਹਾਤਮਾ ਮਹਾਂਪੁਰਸ਼ਾਂ ਨੇ ਭਾਈ ਸਰਦਾਰ ਸਿੰਘ ਜੀ ਜ਼ਿਲ੍ਹਾਪੁਰ ਤੋਂ ਬਾਬਾ ਸਰਜੀਤ ਸਿੰਘ ਜੀ ਰਾਣਵਾ ਵਾਲੇ ਉਹ ਰਾਜੇ ਢਾਡੀ ਸਿੰਘਾਂ ਨੇ ਬਿਆਨ ਸੰਗਤਾਂ ਨੇ ਇਸ ਸਮਾਗਮ ਦੇ ਵਿੱਚ ਤਨ ਮਨ ਧਨ ਦਾ ਸਾਥ ਸਦਾ ਸਾਹਿਬ ਜੀ ਦੇ ਕੇ ਬਹੁਤ ਹੀ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹ 17ਵਾਂ ਮਹਾਨ ਸਾਲਾਨਾ ਸਮਾਗਮ ਜੋ ਹੋਇਆ ਹੈ ਔਰ ਸੰਗਤ ਦੇ ਸਹਿਯੋਗ ਦੇ ਨਾਲ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਦੇ ਪ੍ਰਕਾਸ਼ ਦਿਹਾੜਾ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਅੱਜ 17ਵਾਂ ਸਾਲ ਹੋ ਚੁੱਕਿਆ ਇਸ ਧਰਤੀ 'ਤੇ ਆਇਆਂ ਨੂੰ ਦਾਸ ਮੋਟਰ ਟੱਪੀ ਸਾਹਿਬ ਪਿੰਡ ਬਘੌਰ ਤੋਂ ਸਤਿਗੁਰਾਂ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਗ੍ਰੰਥ ਕਿ ਇਸੇ ਤਰ੍ਹਾਂ ਹੀ ਗੁਰਬਾਣੀ ਨਾਲ ਗੁਰੂ ਸ਼ਬਦ ਨਾਲ ਸਾਰਾ ਹੀ ਮਾਨਵਤਾ ਲੋਕ ਸਾਰੀਆਂ ਸੰਗਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜੋ ਸ਼ਬਦ ਨਾਲ ਜੁੜੋ ਸਾਧੂਆਂ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਕਰੋ ਇਹ ਧਾਰੀ ਕਿਸੇ ਨਾਲ ਵੀ ਨਹੀਂ ਜੁੜਨਾ ਪੂਜਾ ਅਕਾਲ ਕੀ ਪਰਚਾ ਸ਼ਬਦ ਅਧਾਰ ਖਾਲਸੇ ਦਾ ਸਦਾ ਹੀ ਗੁਰੂ ਗ੍ਰੰਥ ਸਾਹਿਬ ਦੇ ਰਿਣੀ ਆ ਸੱਚੇ ਪਾਤਸ਼ਾਹ ਇੱਦਾਂ ਹੀ ਸਾਨੂੰ ਸਾਰੀਆਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੁੜਦੇ ਰਹਿਣ ਮੀਡੀਏ ਦਾ ਵੀ ਮਾਧਿਅਮ ਰਾਹੀਂ ਹੱਕ ਪੰਜਾਬ ਟੀਵੀ ਵਾਲਿਆਂ ਦਾ ਸਾਰੇ ਚੈਨਲਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਪ੍ਰਸਾਰਣ ਦੇਸ਼ਾਂ ਵਿਦੇਸ਼ਾਂ ਤੱਕ ਸੰਗਤਾਂ ਨੂੰ ਪਹੁੰਚਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਾਂ ਤੋਂ ਜਿਹੜੀ ਸਾਡੇ ਚੈਨਲ ਵਾਲੇ ਵੀਰ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਲਾਈਵ ਟੈਲੀਕਾਸਟ ਕਰਕੇ ਪੀਆਰਸੀ ਕਲਾਣੀ ਕਲਾਂ ਤੋਂ ਵੀ ਸਾਡੇ ਹਰ ਸਾਲ ਸਮਾਗਮ ਦੇ ਵਿੱਚ ਲਾਈਵ ਕਰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ 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 ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ